ਨਮਸਕਾਰ ਜੀ, ਸਤਿ ਸ਼੍ਰੀ ਅਕਾਲ। ਮੈਂ ਮਨੀਸ਼ ਸਟੱਡੀ ਅਬਾਊਟ ਇਮੀਗ੍ਰੇਸ਼ਨ ਤੋਂ। ਕਾਫੀ ਬੱਚੇ ਜਿਨ੍ਹਾਂ ਦੇ ਵੀਜ਼ੇ ਰਿਫਿਊਜ਼ ਹੋਏ ਨੇ ਕੈਨੇਡਾ ਦੇ, ਵੀ ਉਹਨਾਂ ਵਿੱਚ ਇੱਕ ਕਾਮਨ ਚੀਜ਼ ਦੇਖੀ ਗਈ ਹੈ ਵੀ ਜਿਹੜੇ ਬੱਚਿਆਂ ਨੇ ਇੱਕ 'ਚ 5.5 ਨਾਲ ਫਾਇਦੇ ਗਾਈ ਸੀਗੀ ਅਤੇ ਉਹਨਾਂ ਦੀ ਕਾਫੀ ਰਿਫਿਊਜ਼ ਆਈਆਂ ਹੈਗੀਆਂ। ਰੇਅਰ ਕੇਸ 'ਚ ਕਿਸੇ ਬੱਚੇ ਦਾ ਜਿਵੇਂ 1 'ਚ 5.5 ਦਾ ਵੀਜ਼ਾ ਆਇਆ, ਬਾਕੀ ਜ਼ਿਆਦਾਤਰ ਇਹਨਾਂ ਨੇ ਰਿਫਿਊਜ਼ ਕੀਤੇ ਨੇ। ਬੇਸ਼ੱਕ ਬੱਚੇ ਨੇ ਗਵਰਮੈਂਟ ਕਾਲਜ 'ਚ ਅਪਲਾਈ ਕੀਤਾ ਸੀ ਜਾਂ ਪ੍ਰਾਈਵੇਟ 'ਚ ਕੀਤਾ ਸੀਗਾ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਜਾਂ ਕਿਊਬਿਕ 'ਚ ਬੱਚੇ ਨੇ ਕੀਤਾ ਸੀਗਾ ਤਾਂ ਉਹਦੇ ਨਾਲ ਵੀ ਕੋਈ ਜ਼ਿਆਦਾ ਫਰਕ ਨਹੀਂ ਪਿਆ ਹੈਗਾ। ਵੀ ਮੈਂ ਕਹੂੰਗਾ ਵੀ 90% ਕੇਸਿਸ 1 'ਚ 5.5 ਪੈਣ ਵਾਲਿਆਂ ਦੇ ਰਿਫਿਊਜ਼ ਹੋਏ ਨੇ। ਅਤੇ ਮੈਂ ਇਹ ਵੀਡੀਓ ਉਹਨਾਂ ਵਾਸਤੇ ਰਹੇਗਾ ਵੀ ਜਿਹੜੇ ਬੱਚੇ ਜਾਂ ਤਾਂ ਰਿਜੈਕਟ ਕਰਵਾ ਚੁੱਕੇ ਨੇ, ਜਾਂ ਜਿਨ੍ਹਾਂ ਦੀ ਫਾਇਲ ਹਜੇ ਐਮਬੈਸੀ ਦੇ ਵਿੱਚ ਹੈਗੀ ਹੈ, ਅਤੇ ਜਾਂ ਰੀਸੈਂਟ ਅਪਲਾਈ ਕੀਤਾ ਸੀਗਾ ਉਹਨਾਂ ਨੇ, ਜਾਂ ਕਾਫੀ ਟਾਈਮ ਹੋ ਚੁੱਕਿਆ ਉਹਨਾਂ ਨੂੰ ਅਪਲਾਈ ਕੀਤਿਆਂ ਨੂੰ, ਅਤੇ ਉਹ ਰਿਜ਼ਲਟਸ ਦੀ ਵੇਟ ਕਰ ਰਹੇ ਨੇ। ਜਿਹੜੇ ਬੱਚੇ ਰਿਜੈਕਟ ਕਰਵਾ ਚੁੱਕੇ ਨੇ ਉਹਨਾਂ ਨੂੰ ਵੀ ਰਿਜੈਕਸ਼ਨ ਬੇਸ਼ੱਕ ਉਹਨਾਂ ਨੂੰ ਲਿਖ ਕੇ ਆਇਆ ਹੋਏਗਾ ਵੀ ਤੁਸੀਂ ਵਾਪਸ ਨਹੀਂ ਆਓਗੇ, ਜਾਂ ਵੀ ਤੁਸੀਂ ਕੋਰਸ ਜਿਹੜਾ ਰੈਜੀਡੈਂਸੀ ਨਹੀਂ ਹੈਗੀ, ਜਾਂ ਜਿਹੜੇ ਰੀਜ਼ਨਸ ਹੁੰਦੇ ਨੇ ਲਾਈਕ ਇੱਕੋ ਪੁਆਇੰਟ ਦੇ ਵਿੱਚ ਲਿਖੇ ਹੁੰਦੇ ਨੇ, ਇਸ ਕਰਕੇ ਉਹਨੂੰ ਪ੍ਰੋਪਰ ਐਨਾਲਾਈਜ਼ ਨਹੀਂ ਕੀਤਾ ਜਾ ਸਕਦਾ ਅੰਟਿਲ ਐਂਡ ਅਨਲੈਸ ਵੀ ਤੁਸੀਂ ਕੇਪਸ ਅਪਲਾਈ ਕਰੋ। ਅਤੇ ਜ਼ਿਆਦਾ ਕਾਰਨ ਜੋ ਅਸੀਂ ਦੇਖੇ ਹੈ ਵੀ ਬਹੁਤ ਕਮਜ਼ੋਰ ਫਾਈਲਾਂ ਦੇ ਵੀ ਸਾਡੇ ਵੀਜ਼ੇ ਆਏ ਨੇ, ਜਿਹਨੂੰ ਕਹਿੰਦੇ ਹਾਂ ਵੀ ਆਪਾਂ ਕਹੀਏ ਵੀ ਸੈਕਿੰਡ ਡਿਵੀਜ਼ਨ 'ਚ ਜਿਵੇਂ ਬੱਚੇ ਨੇ ਗ੍ਰੈਜੂਏਸ਼ਨ ਕੀਤੀ, BA ਕੀਤੀ, 3-4 ਸਾਲ ਦਾ ਗੈਪ, ਉਹਦੇ ਵਿੱਚ ਵੀ ਬਸ ਟਾਈਮ ਪਾਸ ਨਹੀਂ, ਬੱਚੇ ਨੇ ਜੋਬਸ ਕੀਤੀਆਂ ਸੀਗੀਆਂ, ਜਾਂ ਫਿਰ ਜਿਵੇਂ 4 ਸਾਲਾਂ 'ਚ 1.5 ਸਾਲ ਬੱਚੇ ਨੇ ਜੋਬ ਕੀਤੀ, 2.5 ਸਾਲ ਫਰੀ ਰਿਹਾ ਬੱਚਾ, ਅਤੇ PT ਦੇ ਵਿੱਚ ਜਿਵੇਂ 54 ਓਵਰਆਲ ਸਕੋਰ, 50 ਤੋਂ ਘੱਟ ਨਹੀਂ, ਵੀ ਐਸੀ ਅਪਰ ਫਾਇਦਾ ਦੇ ਵੀ ਸਾਡੇ ਪੋਸਟ ਗ੍ਰੈਜੂਏਟ ਸਰਟੀਫਿਕੇਟ ਦੇ ਵਿੱਚ ਵੀਜ਼ਾ ਆਏ, ਜਾਂ ਫਿਰ ਜਿਨ੍ਹਾਂ ਨੇ +2 ਕੀਤੀ ਸੀਗੀ, ਗੈਪ ਸੀਗਾ 2-3 ਸਾਲਾਂ ਦਾ, ਉਹਨਾਂ ਦੇ ਵੀ ਵੀਜ਼ੇ ਅਸੀਂ ਦੇਖੇ ਹੈ ਵੀ ਜਿਹੜੇ ਘੱਟ ਪਰਸੈਂਟੇਜ ਨਾਲ ਵੀ 8 ਸਾਲ ਦੇ ਬੱਚਿਆਂ ਦੇ ਵੀ ਵੀਜ਼ੇ ਸਾਡੇ ਜਿਹੜੇ ਹੈਗੇ ਨੇ ਅਪਰੂਵ ਹੋਏ ਨੇ। ਬਟ ਜਿਹੜੇ ਬੱਚੇ ਜਿਨ੍ਹਾਂ ਦੇ ਜਿਵੇਂ 6.5 ਬੈਂਡ ਵੀ ਸੀਗੇ ਕਿਸੇ 'ਚ ਓਵਰਆਲ, ਅਤੇ 1 'ਚ 5.5 ਸੀਗੇ, ਜਾਂ ਫਿਰ ਮੈਂ ਕਹੂੰਗਾ ਵੀ 6 ਬੈਂਡ ਓਵਰਆਲ ਸੀ, 1 'ਚ 5.5 ਸੀਗੇ, ਵੀ ਇਹਨਾਂ ਵਿੱਚ ਸਕਸੈਸ ਰੇਟ ਜ਼ਿਆਦਾ ਨਹੀਂ ਆਇਆ, ਸਾਡਾ ਵੀ ਨਹੀਂ ਆਇਆ ਹੈਗਾ ਮੈਂ ਵੀ ਕਹਾਂ, ਅਤੇ ਬਾਕੀ ਵੀ ਜਿਹੜੇ ਕੰਸਲਟੈਂਟਸ ਕਹਿੰਦੇ ਨੇ ਵੀ ਸਾਡੇ ਵੀਜ਼ੇ ਆਏ ਨੇ, ਵੀ ਮੈਂ ਕਹੂੰਗਾ 10 ਵਿੱਚੋਂ 1 ਕਿਸੇ ਦਾ ਵੀਜ਼ਾ ਆ ਗਿਆ ਅਤੇ ਆਪਾਂ ਉਹਨੂੰ ਸਕਸੈਸ ਰੇਟ ਨਹੀਂ ਕਹਾਂਗੇ। ਵੀ ਘੱਟੋ ਘੱਟ 80-90%, ਅਗਰ 80% ਤੋਂ ਉੱਪਰ ਦੀ ਗੱਲ ਕਰੀਏ ਵੀ ਅਗਰ 10 ਵਿੱਚੋਂ 8 ਵੀਜ਼ੇ ਆਏ ਹੋਣ ਤਾਂ ਆਪਾਂ ਸਕਸੈਸ ਰੇਟ ਦੀ ਗੱਲ ਕਰਾਂਗੇ। ਅਤੇ ਇਹ ਜਿਹੜਾ 10 ਵਿੱਚੋਂ 1 ਵੀਜ਼ਾ ਹੈਗਾ, ਇਹ ਵੀ ਡਿਪੈਂਡ ਕਰਦਾ ਵੀ ਬੱਚੇ ਦੇ +2 'ਚ ਨੰਬਰ ਵਧੀਆ ਹੋ ਸਕਦੇ ਨੇ, ਇੰਗਲਿਸ਼ ਵਧੀਆ ਹੋ ਸਕਦੀ ਹੈ, ਤਾਂ ਕੋਰਸ ਜਿਹੜਾ ਉਹਨੇ ਦਿੱਤਾ ਸੀਗਾ ਉਹਦੇ ਵਿੱਚ ਜ਼ਿਆਦਾ ਇੰਗਲਿਸ਼ ਦੀ ਰਿਕੁਆਇਰਮੈਂਟ ਨਾ ਹੋਵੇ। ਅਤੇ ਇਹ ਵੀ ਡਿਪੈਂਡ ਕਰਦਾ ਵੀ ਲਿਸਨਿੰਗ, ਰਾਈਟਿੰਗ, ਸਪੀਕਿੰਗ ਜਾਂ ਆਪਣੀ ਰੀਡਿੰਗ ਦੇ ਵਿੱਚ, ਚਾਰੋਂ ਮੋਡਿਊਲ ਦੇ ਵਿੱਚ ਕਿਹਦੇ ਵਿੱਚ ਹੈਗੇ ਨੇ, ਵੀ ਰੀਡਿੰਗ ਰਾਈਟਿੰਗ ਦੇ ਜਿਹੜੇ ਹੈਗੇ ਨੇ ਅਗਰ 6 ਹੈਗੇ ਨੇ, ਅਤੇ ਸਪੀਕਿੰਗ ਦੇ ਲਿਸਨਿੰਗ 'ਚ ਤੁਹਾਡੇ ਜਿਹੜੇ ਹੈਗੇ ਨੇ 5.5-1 'ਚ ਹੈਗੇ ਨੇ, ਚਲੋ ਉਹ ਵੀ ਮੰਨੀ ਜਾ ਸਕਦਾ, ਬਟ ਰੀਡਿੰਗ ਰਾਈਟਿੰਗ ਦੇ ਵਿੱਚ 6 ਹੋਣੇ ਤੁਹਾਡੇ ਜ਼ਰੂਰੀ ਹੈਗੇ, ਇਹਦੇ ਵਿੱਚ 1 'ਚ 5.5 ਤੁਹਾਨੂੰ ਵੀਜ਼ਾ ਰਿਜੈਕਸ਼ਨ ਦਾ ਜਿਹੜਾ ਕਾਰਨ ਬਣ ਜਾਂਦਾ। ਹੁਣ ਜਿਨ੍ਹਾਂ ਦੀ ਰਿਜੈਕਸ਼ਨ ਆ ਚੁੱਕੀ ਨੇ ਇਸ ਕਾਰਨ ਲਗਾ ਲਓ, ਜਾਂ ਫਿਰ ਉਹਨਾਂ ਨੇ ਕੇਪਸ ਕਢਾਏ ਨੇ ਉਹਦੇ ਵਿੱਚ ਲੈਂਗੁਏਜ ਅਬਿਲਿਟੀ ਦਾ ਕਾਰਨ ਆਇਆ, ਅਤੇ ਮੈਂ ਇਹੀ ਰਿਕਮੈਂਡ ਕਰੂੰਗਾ ਵੀ ਆਈਲਟਸ ਤੁਹਾਡੇ ਤੋਂ ਨਹੀਂ ਹੋ ਰਹੀ, ਕੋਈ ਦਿੱਕਤ ਵਾਲੀ ਗੱਲ ਨਹੀਂ, ਤੁਸੀਂ PT ਦਾ ਐਗਜ਼ਾਮ ਦੇ ਕੇ PT ਦੇ ਵਿੱਚ ਤੁਸੀਂ ਆਰਾਮ ਨਾਲ ਨੰਬਰ ਲੈ ਸਕਦੇ ਹੋ। ਅਗਰ ਤੁਹਾਡੇ 6 ਬੈਂਡ ਆਈਲਟਸ 'ਚ ਹੈਗੇ ਨੇ ਅਤੇ 1 'ਚ 5.5 ਨੇ, ਤੁਸੀਂ PT ਦਾ ਐਗਜ਼ਾਮ ਦਿਓ, ਤੁਹਾਡੇ ਆਰਾਮ ਨਾਲ 6 ਇੰਚ ਆ ਜਾਣਗੇ। PT ਦਾ ਮਤਲਬ ਇਹ ਹੈ ਵੀ 55 ਜਿਹੜੇ ਹੈਗੇ ਨੇ ਓਵਰਆਲ ਹੋਣ ਤੁਹਾਡੇ, ਅਤੇ ਮੈਂ ਰਿਕਮੈਂਡ ਇਹੀ ਕਰੂੰਗਾ ਵੀ 51 ਤੋਂ ਘੱਟ ਕਿਸੇ ਮੋਡਿਊਲ 'ਚ ਨਾ ਹੋਣ ਤੁਹਾਡੇ। ਅਤੇ ਬੇਸ਼ੱਕ ਤੁਸੀਂ +2 ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਅਸੀਂ ਮੈਂ ਕਹੂੰਗਾ ਵੀ ਜ਼ਿਆਦਾਤਰ ਵੀਜ਼ਾਸ, ਮੈਂ ਕਹੂੰਗਾ ਵੀ 10 ਵਿੱਚੋਂ ਅਗਰ 6 ਵੀਜ਼ੇ ਸਾਡੇ ਜਿਹੜੇ ਹੈਗੇ ਨੇ ਉਹ PT ਵਾਲੇ ਹੁੰਦੇ ਨੇ, ਅਤੇ 4 ਜਿਹੜੇ ਹੈਗੇ ਨੇ ਉਹ ਸਾਡੇ ਆਈਲਟਸ ਵਾਲੇ ਹੁੰਦੇ ਨੇ, ਵੀ ਕਿਉਂਕਿ PT ਬਹੁਤ ਬੱਚਿਆਂ ਨੇ ਕੀਤੀ ਹੋਈ ਹੈ, ਅਤੇ ਕਾਫੀ ਬੱਚੇ ਜਿਹੜੇ ਆਈਲਟਸ ਨਹੀਂ ਕਰ ਪਾਉਂਦੇ, ਰਿਜ਼ਲਟ ਨਹੀਂ ਲੈ ਪਾਉਂਦੇ ਵਧੀਆ, ਉਹ PT ਕਰ ਦਿੰਦੇ ਨੇ। ਬਟ PT ਦੀ ਫਾਈਲ ਲਗਾਉਣ ਦਾ ਇੱਕ ਤਰੀਕਾ ਹੁੰਦਾ ਵੀ ਇੱਕ ਸਟਾਈਲ ਹੈਗਾ, ਇੱਕ ਸਿਸਟਮ ਹੈਗਾ ਫਾਈਲ ਲਗਾਉਣ ਦਾ, ਅਤੇ ਜਿਹਨੂੰ ਪਤਾ ਵੀ PT ਦੀ ਫਾਈਲ ਕਿਵੇਂ ਲਗਾਉਣੀ ਹੈ, ਉਹਨਾਂ ਨੂੰ ਵੀਜ਼ਾ ਲੈਣ 'ਚ ਵੀ ਕੋਈ ਦਿੱਕਤ ਨਹੀਂ ਆਉਂਦੀ, ਅਤੇ ਸਕਸੈਸ ਬੱਚਿਆਂ ਨੂੰ ਦਿਵਾਉਣ 'ਚ ਵੀ ਦਿੱਕਤ ਨਹੀਂ ਆਉਂਦੀ। ਬਟ ਮੈਂ ਕਹੂੰਗਾ 80-90% ਕੰਸਲਟੈਂਟਸ ਐਸੇ ਜਿਨ੍ਹਾਂ ਨੂੰ PT ਦੇ ਨਾਲ ਫਾਈਲ ਲਗਾਉਣੀ ਨਹੀਂ ਆਉਂਦੀ, ਉਹਦੇ ਵਿੱਚ ਜ਼ਿਆਦਾਤਰ ਕੀ ਕਰਨਗੇ ਵੀ ਜਿਹੜਾ PT ਦਾ ਸਕੋਰ ਹੈਗਾ ਉਹਨੂੰ ਅਪਲੋਡ ਕਰ ਦੇਣਗੇ, ਅਤੇ ਉਹਦੀ ਵੈਰੀਫਿਕੇਸ਼ਨ ਜਿਹੜੀ ਹੈਗੀ ਹੈ IRCC ਨਹੀਂ ਕਰ ਪਾਉਂਦਾ, ਅਤੇ ਉਹਨੂੰ ਲੈਂਗੁਏਜ ਅਬਿਲਿਟੀ ਦੇ ਕਾਰਨ ਰਿਫਿਊਜ਼ ਕੀਤਾ ਜਾਂਦਾ, ਜਾਂ ਫਿਰ ਬੱਚੇ ਦਾ ਜਿਹੜਾ ਵੀ ਯੂਜ਼ਰ ਨੇਮ ਪਾਸਵਰਡ ਹੈਗਾ ਉਹਦੇ ਵਿੱਚ SOP ਦੇ ਵਿੱਚ ਮੈਂਸ਼ਨ ਕਰ ਦਿੱਤਾ ਜਾਂਦਾ, ਵੀ ਵੀਜ਼ਾ ਆਫਿਸਰ ਨੂੰ ਕਹਿ ਦਿੱਤਾ ਜਾਂਦਾ ਵੀ ਤੁਸੀਂ ਇਹਨੂੰ ਯੂਜ਼ਰ ਨੇਮ ਪਾਸਵਰਡ ਪਾ ਕੇ ਤੁਸੀਂ ਚੈੱਕ ਕਰ ਸਕਦੇ ਹੋ। ਹੁਣ ਉਹਦੇ ਵਿੱਚ 2-4 ਚੀਜ਼ਾਂ ਦੀ ਪ੍ਰੋਬਲਮ ਹੈਗੀ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਕੋਈ ਵੀ ਵੀਜ਼ਾ ਆਫਿਸਰ ਨੂੰ ਇਹ ਚੀਜ਼ ਐਜ਼ ਪਰ ਪ੍ਰਾਈਵੇਸੀ ਵੀ ਨਹੀਂ, ਕੋਈ ਵੀ ਤੁਹਾਡਾ ਅਕਾਊਂਟ ਖੋਲ੍ਹ ਕੇ ਨਹੀਂ ਖੋਲ੍ਹੇਗਾ, ਕੋਈ ਚੈੱਕ ਨਹੀਂ ਕਰੇਗਾ, ਕੋਈ ਯੂਜ਼ਰ ਨੇਮ ਪਾਸਵਰਡ ਭਰ ਕੇ ਤੁਹਾਨੂੰ ਵੀ ਉਹਦੇ ਵਿੱਚੋਂ ਤੁਹਾਡਾ ਸਕੋਰ ਕਾਰਡ ਚੈੱਕ ਕਰਕੇ ਵੀਜ਼ਾ ਨਹੀਂ ਦੇਗਾ। ਦੇ ਆਰ ਨੋਟ ਅਲਾਊਡ ਟੂ ਡੂ ਦੈਟ, ਉਹਨਾਂ ਨੂੰ ਕੋਈ ਅਲਾਊਡ ਨਹੀਂ ਹੁੰਦਾ ਇਹ ਚੀਜ਼ਾਂ ਕਰਨੀਆਂ। ਵੀ ਠੀਕ ਹੈ, ਤੁਸੀਂ
ਜੋ ਰਾਈਟ ਪ੍ਰੋਸੈਸ ਉਹ ਫੋਲੋ ਕਰੋਗੇ, ਤੁਹਾਨੂੰ ਪਤਾ ਨਹੀਂ ਪ੍ਰੋਸੈਸ ਨੂੰ ਫੋਲੋ ਕਿਵੇਂ ਕਰਨਾ, ਤੁਸੀਂ ਕਿਸੇ ਨੂੰ ਕੰਸਲਟ ਕਰ ਸਕਦੇ ਹੋ, ਬਟ ਵੀ ਇਸ ਤਰੀਕੇ ਨਾਲ ਨਹੀਂ ਹੈਗਾ ਵੀ ਤੁਸੀਂ ਕਹੋ ਵੀ ਯੂਜ਼ਰ ਨੇਮ ਪਾਸਵਰਡ ਦੇ ਤਾ ਅਤੇ ਤੁਸੀਂ ਵੀਜ਼ਾ ਆਫਿਸਰ ਆਪਣੇ ਆਪ ਆ ਕੇ ਚੈੱਕ ਕਰਦੇ, ਐਂ ਨਹੀਂ ਕਰਦੇ, ਅਤੇ ਇਹ ਵੀ ਕਾਰਨ ਇੱਕ ਹੈਗਾ ਜਿਹੜਾ ਵੀਜ਼ਾ ਰਿਜੈਕਸ਼ਨ ਦਾ ਬਣਦਾ। ਫਿਰ ਤੀਸਰੀ ਗੱਲ ਇਹ ਆ ਗਈ ਵੀ ਇਹਦੇ ਵਿੱਚ ਕੀ ਹੁੰਦਾ ਵੀ ਆਈ ਜਿਹੜੀ ਪੀ ਟੀ ਦੀ ਵੈਬਸਾਈਟ ਹੈ ਇਹਦੇ ਥਰੂ ਇਮੀਗ੍ਰੇਸ਼ਨ ਨੂੰ ਜਿਹੜਾ ਹੈਗਾ ਭੇਜਿਆ ਜਾਂਦਾ ਜਿਹੜਾ ਸਕੋਰ ਰਿਪੋਰਟਸ ਹੈਗੀ, ਅਤੇ ਉਹਦੀ ਜਿਹੜੀ ਕਾਪੀ ਹੈਗੀ ਹੈ ਸਕੋਰ ਰਿਪੋਰਟ ਸੈਂਡ ਕਰਨ ਦੀ ਇੱਕ ਕਾਪੀ ਆਉਂਦੀ ਹੈ ਅਤੇ ਉਹਨੂੰ ਅਪਲੋਡ ਕੀਤਾ ਜਾਂਦਾ, ਅਤੇ ਜਿਹਦੇ ਨਾਲ ਕੀ ਹੁੰਦਾ ਵੀਜ਼ਾ ਆਫਿਸਰ ਜਦ ਫਾਈਲ ਖੋਲ੍ਹੇਗਾ ਉਹ ਪੀ ਟੀ ਦੀ ਵੈਬਸਾਈਟ 'ਤੇ ਜਾ ਕੇ ਵੀ ਕਿਉਂਕਿ ਆਈ ਆਰ ਸੀ ਸੀ ਉਹਦੇ 'ਚ ਆਥੋਰਾਈਜ਼ਡ ਹੋਏਗਾ ਅਤੇ ਉਹ ਚੈੱਕ ਹੋ ਜਾਂਦਾ, ਰਿਜ਼ਲਟ ਸਾਹਮਣੇ ਆ ਜਾਂਦਾ ਅਤੇ ਉਸ ਬੇਸ 'ਤੇ ਉਹਨੂੰ ਬੱਚੇ ਨੂੰ ਵੀਜ਼ਾ ਦੇ ਦਿੱਤਾ ਜਾਂਦਾ। ਅਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਧਿਆਨ ਦਿਓ ਵੀ ਪੀ ਟੀ ਨਾਲ ਤੁਸੀਂ ਫਾਈਲ ਅਗਰ ਲਗਾ ਰਹੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਅਤੇ ਤੁਹਾਡੇ ਕੰਸਲਟੈਂਟ ਨੂੰ ਪਤਾ ਹੋਣਾ ਚਾਹੀਦਾ ਵੀ ਫਾਈਲ ਕਿਵੇਂ ਲੱਗਣੀ ਹੈ, ਅਤੇ ਵੀ ਜਿਹੜੇ ਕੰਸਲਟੈਂਟ ਨੇ ਪੀ ਟੀ ਨਾਲ ਫਾਈਲ ਲਗਾਈਆਂ ਅਤੇ ਵੀਜ਼ਾ ਦਿੱਤੇ ਨੇ ਅਤੇ ਉਹਨਾਂ ਤੋਂ ਹੀ ਤੁਸੀਂ ਅਪਲਾਈ ਕਰੋ, ਇਹ ਚੀਜ਼ਾਂ ਜ਼ਰੂਰ ਧਿਆਨ ਰੱਖੋ। ਬਾਕੀ ਅਗਰ ਤੁਸੀਂ ਰਿਫਿਊਜ਼ ਹੋ ਚੁੱਕੇ ਹੋ, ਤੁਸੀਂ ਦੁਬਾਰਾ ਪੀ ਟੀ ਦਾ ਐਗਜ਼ਾਮ ਦਿੰਦੇ ਹੋ, ਤੁਸੀਂ ਇੱਕ 'ਚ 5.5 ਹੈਗੇ ਨੇ, ਤੁਹਾਡੇ ਆਰਾਮ ਨਾਲ 6 ਈਚ ਆ ਜਾਣਗੇ, ਹੋ ਸਕਦਾ ਤੁਹਾਡੇ 6.5 ਵੀ ਓਵਰਆਲ ਆ ਜਾਣ, ਅਤੇ ਇਹਦੇ ਨਾਲ ਤੁਸੀਂ ਇੱਕ ਰੀਜ਼ਨ ਬਣ ਗਿਆ ਤੁਹਾਡਾ ਫਾਈਲ ਦਾ ਵੀ ਠੀਕ ਹੈ ਪਹਿਲਾਂ ਬੈਂਡ ਘੱਟ ਸੀਗੇ ਜਾਂ ਤੁਹਾਡੇ ਕਿਸੇ ਜੇ ਮੋਡਿਊਲ 'ਚ ਘੱਟ ਸੀਗੇ ਤੁਸੀਂ ਵਧਾ ਲਏ ਆਪਦੇ, ਅਤੇ ਉਹਦੇ ਬਾਅਦ ਤੁਸੀਂ ਫਾਈਲ ਲਗਾ ਰਹੇ ਹੋ, ਅਤੇ ਚੇਂਜ ਆਫ ਸਰਕਮਸਟਾਂਸਿਸ ਜਿਹੜੇ ਹੈਗੇ ਉਹ ਟ੍ਰਿਗਰ ਹੋ ਜਾਂਦੇ ਇਹਦੇ ਵਿੱਚ ਵੀ ਪਿਛਲੀ ਵਾਰੀ ਫਾਈਲ ਦੇ ਵਿੱਚ ਅਤੇ ਹੁਣ ਦੇ ਫਾਈਲ ਦੇ ਵਿੱਚ ਚੇਂਜ ਆ ਚੁੱਕਿਆ ਤੁਹਾਡਾ। ਅਤੇ ਅਗਰ ਕਾਫੀ ਕੰਸਲਟੈਂਟ ਐਂ ਕਹਿਣਗੇ ਵੀ ਤੁਹਾਨੂੰ ਵੀ ਜਿਹੜੀ ਫਾਈਲ ਹੈਗੀ ਹੈ ਜੀ ਉਹਨਾਂ ਦਾ ਮੂਡ ਸੀ ਨਹੀਂ ਸੀ ਵੀਜ਼ਾ ਦੇਣ ਦਾ, ਐਂ ਕਰੋ ਤੁਸੀਂ ਦੁਬਾਰਾ ਲਾ ਦਿਓ, ਐਜ ਇਟ ਇਜ਼ ਫਾਈਲ ਨੂੰ ਦੁਬਾਰਾ ਲਗਾ ਦਿਓ, ਐਸੇ ਚੱਕਰ 'ਚ ਨਾ ਪਈਓ ਵੀ ਡਿਊਜ ਰਿਫਿਊਜ਼ਲ ਬਹੁਤ ਜਿਹਨੂੰ ਕਹਿੰਦੇ ਨੇ ਵੀ ਡਿਫੀਕਲਟ ਹੋ ਜਾਂਦੀ ਹੈ ਤੋੜਨੀ, ਵੀ ਉਹਨੂੰ ਦੋ ਰਿਫਿਊਜ਼ਲ ਤੋਂ ਬਾਅਦ ਤੁਸੀਂ ਦੁਬਾਰਾ ਅਪਲਾਈ ਕਰਦੇ ਹੋ ਤਾਂ ਫਿਰ ਸਕਸੈਸ ਰੇਟ ਜਿਹੜਾ ਘੱਟ ਜਾਂਦਾ ਵੀ ਇੱਕ ਵਾਰੀ ਤੋਂ ਬਾਅਦ ਤੁਸੀਂ ਅਪਲਾਈ ਕਰਦੇ ਹੋ ਫਿਰ ਵੀ ਚਾਂਸਿਸ ਬ੍ਰਾਈਟ ਹੁੰਦੇ ਨੇ। ਅਤੇ ਇਹਦੇ ਵਿੱਚ ਇਹ ਨਾ ਸੋਚੋ ਵੀ ਕਿਹੜਾ ਇਨਟੇਕ ਤੁਹਾਨੂੰ ਮਿਲ ਰਿਹਾ ਜਾਂ ਫਿਰ ਜਿਵੇਂ ਜਨਵਰੀ ਮਿਲ ਰਿਹਾ ਜਾਂ ਮਈ ਮਿਲ ਰਿਹਾ, ਡਜ਼ਨ ਮੈਟਰ, ਸਹੀ ਤਰੀਕੇ ਨਾਲ ਫਾਈਲ ਲਗਾਓ, ਦੈਟ ਇਜ਼ ਮੋਰ ਇੰਪੋਰਟੈਂਟ ਰੈਦਰ ਦੈਨ ਵੀ ਰਸ਼ ਕਰਨ ਦੇ ਵੀ ਨਹੀਂ ਜੀ ਅਸੀਂ ਤਾਂ ਜਨਵਰੀ ਇਨਟੇਕ ਲਗਾਉਣੀ ਹੈ, ਚਲੋ ਜੋ ਵੀ ਸਾਨੂੰ ਵੀ ਠੀਕ ਹੈ ਇਸੀ ਬੈਂਡ 'ਤੇ ਅਸੀਂ ਦੁਬਾਰਾ ਲਗਾ ਦਈਏ ਸ਼ਾਇਦ ਵੀਜ਼ਾ ਆ ਜਾਏ, ਐਸੇ ਚੱਕਰ 'ਚ ਨਾ ਪਾਓ। ਜਿਹੜਾ ਵੀ ਇਨਟੇਕ ਤੁਹਾਨੂੰ ਅੱਗੇ ਨੈਕਸਟ ਮਿਲ ਰਿਹਾ ਤੁਸੀਂ ਲਓ, ਬੇਸ਼ੱਕ ਪ੍ਰਾਈਵੇਟ ਕਾਲਜ ਲੈ ਦਿਓ, ਗਵਰਨਮੈਂਟ ਕਾਲਜ ਲੈ ਦਿਓ, ਤੁਸੀਂ ਕਿਹੜੀ ਮਰਜ਼ੀ ਐਜੂਕੇਸ਼ਨ ਲੈ ਦਿਓ, ਡਜ਼ਨ ਮੈਟਰ, ਵੀ ਕਈ ਕਾਲਜਿਸ ਐਸੇ ਵੀ ਹੈ ਜੋ ਮਾਰਚ ਇਨਟੇਕ ਔਫਰ ਕਰਦੇ ਨੇ, ਖਾਸ ਕਰਕੇ ਬਿਗ ਦੇ ਕਾਲਜਿਸ ਹੈਗੇ ਨੇ, ਅਤੇ ਤੁਸੀਂ ਉਹਨਾਂ ਨੂੰ ਆਪਟ ਕਰ ਸਕਦੇ ਹੋ। ਵੀ ਤੁਸੀਂ ਜਨਵਰੀ ਅਗਰ ਤੁਹਾਨੂੰ ਲੱਗਦਾ ਵੀ ਇੰਨੀ ਜਲਦੀ ਤੁਸੀਂ ਨਹੀਂ ਕਰ ਪਾਓਗੇ ਪੀ ਟੀ ਅਤੇ ਜਿਹੜਾ ਅਗਲਾ ਇਨਟੇਕ ਤੁਸੀਂ ਮਈ ਨਹੀਂ ਦੇਣਾ ਚਾਹੁੰਦੇ ਤਾਂ ਤੁਸੀਂ ਉਹ ਵੀ ਆਪਟ ਕਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਜਿਹੜੇ ਬੱਚਿਆਂ ਦੀ ਫਾਈਲ ਔਲਰੇਡੀ ਐਮਬੈਸੀ 'ਚ ਲੱਗੀ ਹੈ, ਬੇਸ਼ੱਕ ਅੰਡਰ ਗ੍ਰੈਜੂਏਟ ਦੀ ਲੱਗੀ ਹੈ ਜਾਂ ਪੋਸਟ ਗ੍ਰੈਜੂਏਸ਼ਨ ਦੀ ਲੱਗੀ ਹੈ, ਜਿਨ੍ਹਾਂ ਦੇ ਇੱਕ 'ਚ 5.5 ਹੈ, ਮੇਰੀ ਰਿਕਮੈਂਡੇਸ਼ਨ ਇਹੀ ਹੈ ਜਲਦੀ ਤੋਂ ਜਲਦੀ ਆਪਦੀ ਪੀ ਟੀ ਦੇ ਐਗਜ਼ਾਮ ਦੀ ਜਿਹੜੀ ਡੇਟ ਲੈ ਕੇ ਨਾਲ ਦੀ ਨਾਲ ਪੇਪਰ ਦੇ ਕੇ 3 ਦਿਨਾਂ ਬਾਅਦ ਰਿਜ਼ਲਟ ਆ ਜਾਂਦਾ, ਅਤੇ ਤੁਸੀਂ ਆਪਣਾ ਜਿਹੜਾ ਹੈਗਾ ਜਿਹੜਾ ਅਪਡੇਟਿਡ ਰਿਜ਼ਲਟ ਹੈਗਾ, ਅਗਰ ਆਈਟਸ ਤਾਂ ਦੇਖੋ ਇੰਨੀ ਜਲਦੀ ਨਹੀਂ ਹੋ ਪਾਉਂਦੀ, ਬਟ ਪੀ ਟੀ ਪੋਸੀਬਲ ਹੈਗਾ ਵੀ ਪੀ ਟੀ ਦਾ ਤੁਸੀਂ ਐਗਜ਼ਾਮ ਦੇ ਦਿਓ, ਅਤੇ ਪੀ ਟੀ ਦਾ ਐਗਜ਼ਾਮ ਦੇ ਕੇ 6 ਈਚ ਲੈ ਕੇ ਤੁਸੀਂ ਅਪਲੋਡ ਆਪਦੀ ਫਾਈਲ ਦੇ ਉੱਤੇ ਜਿਹੜਾ ਹੈਗਾ ਵੀ ਅਪਲੋਡ ਕਰ ਦਿਓ ਆਪਣਾ ਪੀ ਟੀ ਦਾ ਸਕੋਰ, ਅਤੇ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਵੀ ਆਥੋਰਾਈਜ਼ ਕਰ ਦਿਓ ਇਮੀਗ੍ਰੇਸ਼ਨ ਨੂੰ ਵੀ ਤਾਂ ਕਿ ਉਹ ਚੈੱਕ ਕਰ ਸਕਣ ਤੁਹਾਡੀ ਜਿਹੜੀ ਪੀ ਟੀ ਦਾ ਸਕੋਰ ਹੈਗਾ। ਅਤੇ ਇਸ ਤਰੀਕੇ ਨਾਲ ਤੁਸੀਂ ਅਗਰ ਕਰਦੇ ਹੋ ਤਾਂ ਤੁਸੀਂ ਵੀ ਰਿਜੈਕਸ਼ਨ ਤੋਂ ਬਚ ਸਕਦੇ ਹੋ, ਅਤੇ ਜਿਹੜਾ 1 ਜਾਂ 5.5 ਬੈਂਡ ਦੇ ਕਾਰਨ ਜਿਹਦੇ ਕਾਰਨ ਰਿਫਿਊਜ਼ਲ ਕਾਫੀ ਆ ਰਹੀਆਂ ਇਸ ਟਾਈਮ 'ਤੇ, ਅਤੇ ਉਹਦੇ ਵਿੱਚੋਂ ਤੁਸੀਂ ਨਿਕਲ ਜਾਓਗੇ ਬਾਹਰ। ਅਤੇ ਇਹ ਇੱਕ ਅਪਡੇਟ ਹੈਗਾ, ਸਾਡੇ ਵੀ ਬੱਚੇ ਹੈਗੇ ਨੇ ਜਿਹੜੇ 1 ਜਾਂ 5.5 ਵਾਲੇ, ਅਸੀਂ ਉਹਨਾਂ ਨੂੰ ਵੀ ਇਹੀ ਗੱਲ ਕਹੀਏ ਵੀ ਤੁਸੀਂ ਪੀ ਟੀ ਦਾ ਐਗਜ਼ਾਮ ਦੇ ਦਿਓ, ਅਤੇ ਇਹਦੇ ਵਿੱਚ ਘਬਰਾਉਣ ਦੀ ਲੋੜ ਨਹੀਂ, ਵੀ ਤੁਸੀਂ 1 ਜਾਂ 5.5 ਨਾਲ ਫਾਈਲ ਲਗਾਈਏ ਉਹ ਕੋਈ ਦਿੱਕਤ ਦੀ ਗੱਲ ਨਹੀਂ, ਵੈਬ ਫਾਰਮ ਦੇ ਥਰੂ ਤੁਸੀਂ ਆਪਣਾ ਜਿਹੜਾ ਪੀ ਟੀ ਦਾ ਸਕੋਰ ਅਪਲੋਡ ਕਰਕੇ ਅਤੇ ਉਹਨੂੰ ਅਪਡੇਟ ਕਰ ਸਕਦੇ ਹੋ, ਅਤੇ ਇਹ ਨਾਲ ਇੱਕ ਲੈਟਰ ਮੈਂਸ਼ਨ ਕਰ ਸਕਦੇ ਹੋ ਵੀ ਮੈਨੇ ਆਈਟਸ ਕੀਤਾ ਸੀਗਾ ਬਟ ਮੈਨੇ ਪੀ ਟੀ ਦਾ ਐਗਜ਼ਾਮ ਵੀ ਦਿੱਤਾ। ਕਿਉਂਕਿ ਜਿਹੜੇ ਤੁਸੀਂ ਡਾਕੂਮੈਂਟਸ ਅਪਲੋਡ ਕਰਦੇ ਹੋ ਅਤੇ ਜੇ ਜੋ ਉਹਨਾਂ ਨੇ ਅਸੈਪਟ ਕਰ ਦਿੱਤੇ ਅਤੇ ਵੀਜ਼ਾ ਡਿਸੀਜਨ ਤੋਂ ਪਹਿਲਾਂ ਉਹ ਸਾਰੇ ਕੰਸਿਡਰ ਕੀਤੇ ਜਾਂਦੇ ਨੇ, ਉਹ ਹੁੰਦੇ ਨੇ ਕੰਸਿਡਰ, ਅਤੇ ਉਹਦੇ ਬੇਸ 'ਤੇ ਤੁਹਾਨੂੰ ਜਿਹੜਾ ਹੈਗਾ ਰਿਜ਼ਲਟ ਦਿੱਤਾ ਜਾਂਦਾ। ਇਸ ਕਰਕੇ ਬਜਾਏ ਕਿ ਰਿਜੈਕਸ਼ਨ ਕਰਾਉਣ 'ਤੇ ਅਗਰ ਤੁਸੀਂ ਵੀ 1 ਜਾਂ 5.5 ਬੈਂਡ ਦਿੱਤੇ ਹੋਏ ਨੇ ਅਤੇ ਤੁਸੀਂ ਅਗਰ ਆਪਦੀ ਫਾਈਲ ਨੂੰ ਥੋੜ੍ਹਾ ਸਟਰੋਂਗ ਕਰਨਾ ਚਾਹੁੰਦੇ ਹੋ ਅਤੇ ਰਿਜੈਕਸ਼ਨ ਨੂੰ ਬਚਣਾ ਚਾਹੁੰਦੇ ਹੋ, ਮੈਂ ਇਹੀ ਰਿਕਮੈਂਡ ਕਰੂੰਗਾ ਵੀ ਪਲੀਜ਼ ਤੁਸੀਂ ਆਪਦਾ ਪੀ ਟੀ ਦਾ ਸਕੋਰ ਅਪਲੋਡ ਜ਼ਰੂਰ ਕਰੋ, ਐਗਜ਼ਾਮ ਦਿਓ, ਅਪਲੋਡ ਕਰੋ, ਅਤੇ ਤੁਹਾਡੇ ਲਈ ਸਹੀ ਰਹੇਗਾ। ਬਾਕੀ ਜਿਹੜੇ ਬੱਚੇ ਵੀਡੀਓ ਦੇਖ ਰਹੇ ਨੇ ਜਿਸਨੇ ਰਿਜੈਕਸ਼ਨ ਆਈ ਹੈ, ਅਤੇ 1 ਜਾਂ 5.5 ਨਾਲ ਰਿਜੈਕਸ਼ਨ ਜਿਨ੍ਹਾਂ ਨੇ ਦਿੱਤੀ ਹੈਗੀ ਹੈ ਅਤੇ ਉਹਨਾਂ ਨੂੰ ਅਪਡੇਟ ਕਰ ਦੇਣਾ ਚਾਹੀਦਾ ਅਤੇ ਉਹਨਾਂ ਦੇ ਰਿਜ਼ਲਟ ਜਿਹੜੇ ਹੈਗੇ ਅੱਗੇ ਵਧੀਆ ਆ ਜਾਣਗੇ। ਅਤੇ ਰਿਜ਼ਲਟਸ ਇਸ ਟਾਈਮ 'ਤੇ ਆਉਣੇ ਸ਼ੁਰੂ ਹੋ ਚੁੱਕੇ ਨੇ, ਵਧੀਆ ਰਿਜ਼ਲਟਸ ਆ ਰਹੇ ਨੇ, ਬਟ ਜਿਨ੍ਹਾਂ ਦਾ ਵੀਜ਼ਾ ਲੱਗਣਾ ਚਾਹੀਦਾ, ਜਿਨ੍ਹਾਂ ਦੀ SOP ਸਟਰੋਂਗ ਹੈ, ਇਨਕਮ ਸਟਰੋਂਗ ਹੈ, ਕੋਰਸ ਰੈਲੇਵੈਂਸੀ ਹੈਗੀ ਹੈ, ਕੋਰਸ ਪ੍ਰੋਗਰੈਸ਼ਨ 'ਚ ਹੈ, ਵੀ ਇਸ ਟਾਈਮ ਕੋਰਸ ਪ੍ਰੋਗਰੈਸ਼ਨ ਦਾ ਬਹੁਤ ਵੱਡਾ ਮੈਟਰ ਬਣਿਆ ਹੋਇਆ ਵੀ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈ, ਕਈ ਏਜੰਟਸ ਉਹਨਾਂ ਨੂੰ
ਜੇਕਰ ਇਹ ਚੀਜ਼ ਕਿਊਬਿਕ 'ਚ ਬਹੁਤ ਚੱਲਦੀ ਹੈ ਵੀ ਬੱਚੇ ਨੂੰ ਕਹਿ ਦਿੱਤਾ ਜਾਂਦਾ ਵੀ ਇਹ ਪਲੱਸ ਟੂ ਵਾਲਾ ਬੱਚਾ ਵੀ ਇਹ ਕੋਰਸ ਲੈ ਸਕਦਾ ਅਤੇ ਗ੍ਰੈਜੂਏਸ਼ਨ ਵਾਲਾ ਵੀ ਲੈ ਸਕਦਾ ਵੀ ਉਹਦੇ ਵਿੱਚ ਕੰਸਲਟੈਂਟ ਪਹਿਲਾਂ ਆਪਣੇ ਆਪ ਹੀ ਕਲੀਅਰ ਕਰ ਰਿਹਾ ਇਸ ਗੱਲ ਨੂੰ ਵੀ ਪਲੱਸ ਟੂ ਵਾਲਾ ਬੱਚਾ ਵੀ ਇਹ ਕੋਰਸ ਲੈ ਸਕਦਾ ਇਹਦਾ ਮਤਲਬ ਕੀ ਹੋਇਆ ਵੀ ਅੰਡਰ ਗ੍ਰੈਜੂਏਟ ਕੋਰਸ ਹੈਗਾ ਅਤੇ ਵੀ ਹੁਣ ਬੱਚਾ ਅਗਰ ਕਿਸੇ ਨੇ ਫੋਰ ਐਗਜ਼ਾਮਪਲ ਇੰਡੀਆ 'ਚ ਗ੍ਰੈਜੂਏਸ਼ਨ ਕੀਤੀ ਹੈ ਅਤੇ ਉਹ ਅਗਰ ਉਹ ਡਿਪਲੋਮਾ ਪੜ੍ਹਨਾ ਚਾਹੁੰਦਾ ਹੈ ਤਾਂ ਪੜ੍ਹ ਸਕਦਾ ਉਹਨੂੰ ਕੋਈ ਰੋਕ ਤਾਂ ਨਹੀਂ ਸਕਦਾ ਬਟ ਟੈਕਨੀਕਲੀ ਬਣਦਾ ਕੀ ਹੈ ਵੀ ਗ੍ਰੈਜੂਏਸ਼ਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਦਾ ਕੋਰਸ ਬਣਦਾ ਹੈ ਪੀ ਜੀ ਸਰਟੀਫਿਕੇਟ ਕੋਰਸ ਹੋ ਸਕਦਾ ਇੱਕ ਸਾਲ ਦਾ ਪੀ ਜੀ ਡਿਪਲੋਮਾ ਹੋ ਸਕਦਾ ਦੋ ਸਾਲ ਦਾ ਜਾਂ ਮਾਸਟਰ ਡਿਗਰੀ ਹੋ ਸਕਦੀ ਹੈ ਦੋ ਸਾਲਾਂ ਦੀ ਬਟ ਬੱਚਿਆਂ ਨੂੰ ਇਹ ਕਹਿ ਦਿੱਤਾ ਜਾਂਦਾ ਵੀ ਇਹ ਕੋਈ ਵੀ ਲੈ ਸਕਦਾ ਹੈ ਵੀ ਲੈ ਤਾਂ ਸਕਦਾ ਹੈ ਇਹਦਾ ਮਤਲਬ ਇਹ ਵੀ ਹੈ ਵੀ ਪਲੱਸ ਟੂ ਵਾਲਾ ਵੀ ਲੈ ਸਕਦਾ ਅਤੇ ਜੇ ਉਹ ਕੋਰਸ ਪਲੱਸ ਟੂ ਵਾਲਾ ਲੈ ਸਕਦਾ ਬੱਚਾ ਤਾਂ ਇਹਦਾ ਮਤਲਬ ਹੈਗਾ ਵੀ ਉਹ ਅੰਡਰ ਗ੍ਰੈਜੂਏਟ ਕੋਰਸ ਹੈ ਵੀ ਉਹ ਪਲੱਸ ਟੂ ਵਾਲਿਆਂ ਬੱਚਿਆਂ ਵਾਸਤੇ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਅਗਰ ਤੁਸੀਂ ਉਹ ਅਪਲਾਈ ਕਰਦੇ ਹੋ ਉਹ ਕੋਰਸ ਲੈਂਦੇ ਹੋ ਵੀ ਦੋ ਸਾਲ ਦਾ ਤੁਸੀਂ ਅਗਰ ਅੰਡਰ ਗ੍ਰੈਜੂਏਟ ਡਿਪਲੋਮਾ ਲੈਂਦੇ ਹੋ ਤਾਂ ਜਿਹੜਾ ਕੋਰਸ ਪ੍ਰੋਗਰੈਸ਼ਨ ਵਾਲਾ ਜਿਹੜਾ ਮਾਮਲਾ ਹੈ ਉਹ ਗੜਬੜ ਹੋ ਜਾਂਦਾ ਅਤੇ ਉਹਦੇ ਨਾਲ ਤੁਹਾਡੇ ਜਿਹੜੇ ਵੀਜ਼ਾ ਦੇ ਚਾਂਸਿਸ ਘੱਟ ਜਾਂਦੇ ਨੇ ਅਤੇ ਮੋਸਟ ਲਾਈਕ ਜੀ ਰਿਫਿਊਜ਼ਲ ਦੇ ਚਾਂਸਿਸ ਜਿਹੜੇ ਹੈਗੇ ਤੁਹਾਡੇ ਵੱਧ ਜਾਂਦੇ ਨੇ ਇਹ ਚੀਜ਼ਾਂ ਜ਼ਰੂਰ ਧਿਆਨ ਦਿਓ ਵੀ ਕੋਰਸ ਰੈਲੇਵੈਂਟ ਹੋਏ ਕੋਰਸ ਪ੍ਰੋਗਰੈਸ਼ਨ 'ਚ ਹੋਏ 6.5 ਈਚ ਤੋਂ ਘੱਟ ਨਾ ਫਾਈ ਲਗਾਓ ਆਈਟਸ ਨਹੀਂ ਹੁੰਦਾ ਤੁਸੀਂ ਪੀ ਟੀ ਦਾ ਐਗਜ਼ਾਮ ਦੇ ਕੇ ਲਗਾ ਸਕਦੇ ਹੋ ਪੀ ਟੀ ਨਾਲ ਰਿਜ਼ਲਟ ਬਹੁਤ ਵਧੀਆ ਨੇ ਅਤੇ ਆਲਮੋਸਟ ਜਿਹਨੂੰ ਕਹਿੰਦੇ ਵੀ ਪਿਛਲੇ ਆਪਾਂ ਇੱਕ ਸਾਲ ਦੀ ਗੱਲ ਕਰੀਏ ਵੀ ਆਲਮੋਸਟ ਸਾਰੇ ਵੀਜ਼ਾਜ਼ ਜਿਹੜੇ ਹੈਗੇ ਨੇ ਪੀ ਟੀ ਦੇ ਸਾਡੇ ਗ੍ਰਾਂਟ ਹੋਏ ਨੇ ਇਸ ਕਰਕੇ ਵੀ ਆਈਟਸ ਅਤੇ ਪੀ ਟੀ ਦਾ ਕੋਈ ਮਾਮਲਾ ਨਹੀਂ ਰਿਹਾ ਹੈਗਾ ਉਹ ਚੀਜ਼ਾਂ ਖਤਮ ਹੋ ਚੁੱਕੀਆਂ ਹੈਗੀਆਂ ਵੀ ਪਹਿਲਾਂ ਬੱਚਿਆਂ ਨੂੰ ਐਂ ਹੁੰਦਾ ਸੀਗਾ ਵੀ ਆਈਟਸ ਦੇ ਨਾਲ ਹੀ ਵੀਜ਼ਾ ਆਉਂਦਾ ਹੈ ਪਤਾ ਨਹੀਂ ਕੈਨੇਡਾ ਦਾ ਪੀ ਟੀ ਦੇ ਨਾਲ ਵੀਜ਼ਾ ਨਹੀਂ ਆਉਂਦਾ ਉਹ ਸਾਰੀਆਂ ਚੀਜ਼ਾਂ ਨਹੀਂ ਹੈਗੀਆਂ ਬਟ ਇਹ ਜ਼ਰੂਰ ਹੈ ਵੀ ਅਗਰ 6 ਈਚ ਤੁਹਾਡੇ ਹੈਗੇ ਨੇ ਪੀ ਟੀ ਦੇ ਵਿੱਚ ਤੁਹਾਡੀ 5 SDS ਨਹੀਂ ਲੱਗੇਗੀ non-SDS ਲੱਗੇਗੀ ਬਟ ਅਗਰ ਆਪਾਂ ਓਵਰਆਲ ਸਕਸੈਸ ਦੀ ਗੱਲ ਕਰੀਏ ਵੀ ਉਹੀ 5 as it is ਇੱਕ ਬੱਚੇ ਦੀ ਪ੍ਰੋਫਾਈਲ ਹੈ ਜਿਹਦੇ 6 ਈਚ ਨੇ ਆਈਟਸ ਦੇ ਵਿੱਚ ਜਾਂ ਜਿਹਦੇ 6 ਈਚ ਨੇ ਪੀ ਟੀ ਦੇ ਵਿੱਚ ਅਤੇ ਵੀਜ਼ਾ ਸਕਸੈਸ ਰੇਟ ਐਸ ਸੱਚ ਕੋਈ ਫਰਕ ਨਹੀਂ ਰਹਿੰਦਾ ਹੈਗਾ ਇਸ ਕਰਕੇ ਤੁਸੀਂ ਇਹ ਚੀਜ਼ਾਂ ਜ਼ਰੂਰ ਧਿਆਨ ਦਿਓ ਵੀ ਤੁਸੀਂ ਆਪਣੀ ਇੰਗਲਿਸ਼ ਐਬਿਲਿਟੀ ਹੈਗੀ ਹੈ ਜਿਹੜੀ ਸਟਰੋਂਗ ਕਰਕੇ ਹੀ ਅਪਲਾਈ ਕਰੋ ਨਹੀਂ ਤਾਂ ਵੀਜ਼ਾ ਜਿਹੜਾ ਹੈਗਾ ਵੀ ਇਸ ਟਾਈਮ 'ਤੇ 1 to 5 ਕਾਫੀ ਜ਼ਿਆਦਾ ਰਿਫਿਊਜ਼ਸ ਨੇ ਬਾਕੀ ਬਥੇਰੀ ਜਾਣਕਾਰੀ ਵਾਸਤੇ ਤੁਸੀਂ ਸਾਡੇ ਨੰਬਰਾਂ 'ਤੇ ਕੰਟੈਕਟ ਕਰ ਸਕਦੇ ਹੋ ਮੇਰੇ ਨਾਲ ਤੁਸੀਂ ਆਪਣਾ ਕੇਸ 1-on-1 ਡਿਸਕਸ ਕਰਨਾ ਚਾਹੁੰਦੇ ਹੋ ਤੁਸੀਂ ਨੀਚੇ ਦਿੱਤੇ ਹੋਏ ਨੰਬਰ 'ਤੇ ਕੰਟੈਕਟ ਕਰਕੇ ਅਤੇ ਮੇਰੇ ਨਾਲ ਤੁਸੀਂ ਆਪਣਾ ਕੇਸ ਡਿਸਕਸ ਕਰ ਸਕਦੇ ਹੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ